ਮੇਰੀਆਂ ਢੇਰ ਸਾਰੀਆਂ ਬੈਸਟ ਵਿਸ਼ਿਸ ਨੇ ਤਾਰਾ ਮੇਲੇ ਦੀ ਪੂਰੀ ਟੀਮ ਨੂੰ। ਬੜੀ ਸ਼ੁਗਲ ਮੇਲੇ ਵਾਲੀ ਫਿਲਮ ਹੈ, ਤੁਸੀਂ ਜਾ ਕੇ ਆਪਣੀ ਫੈਮਿਲੀ ਨਾਲ ਦੇਖੋ। ਗੱਲ ਕਰਦੇ ਹਾਂ ਕੱਲ ਰਿਲੀਜ਼ ਹੋਣ ਵਾਲੀ ਰਣਜੀਤ ਬਾਵਾ ਤੇ ਨਾਜ਼ਿਆ ਹੁਸੈਨ ਸਟਾਰਡ ਅਤੇ ਗੁਰੂ ਰੰਧਾਵਾ ਵੱਲੋਂ ਪ੍ਰੋਡਿਊਸ ਕੀਤੀ ਗਈ ਮੂਵੀ ਤਾਰਾ ਮੀਰਾ ਦੀ। ਤਾਰਾ ਮੀਰਾ ਮੂਵੀ ਨੂੰ ਕੀਤਾ ਹੈ ਕਾਮੇਡੀ ਕਿੰਗ ਮੰਨੇ ਜਾਣ ਵਾਲੇ ਕਪਿਲ ਸ਼ਰਮਾ ਨੇ ਵੀ ਸਪੋਰਟ। ਇਸ ਦੀ ਵੀਡੀਓ ਰਣਜੀਤ ਬਾਵਾ ਅਤੇ ਗੁਰੂ ਰੰਧਾਵਾ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ। ਆਓ ਤੁਸੀਂ ਵੀ ਦੇਖੋ ਇਹ ਵੀਡੀਓ ਕੀ ਕਿਹਾ ਕਪਿਲ ਸ਼ਰਮਾ ਨੇ ਤਾਰਾ ਮੀਰਾ ਨੂੰ ਸਪੋਰਟ ਕਰਦਿਆਂ ਆਪਣੀ ਇਸ ਵੀਡੀਓ ਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। 11 ਤਰੀਕ ਨੂੰ ਇੱਕ ਫਿਲਮ ਆ ਰਹੀ ਹੈ ਤਾਰਾ ਮੀਰਾ, ਸੋ ਮੇਰੀਆਂ ਢੇਰ ਸਾਰੀਆਂ ਬੈਸਟ ਵਿਸ਼ਿਸ ਨੇ ਤਾਰਾ ਮੀਰਾ ਦੀ ਪੂਰੀ ਟੀਮ ਨੂੰ। ਬੜੀ ਸ਼ੁਗਲ ਮੇਲੇ ਵਾਲੀ ਫਿਲਮ ਹੈ, ਤੁਸੀਂ ਜਾ ਕੇ ਆਪਣੀ ਫੈਮਿਲੀ ਨਾਲ ਦੇਖੋ। ਔਰ ਇਸ ਫਿਲਮ ਨਾਲ ਜਿੰਨੇ ਵੀ ਲੋਕ ਐਸੋਸੀਏਟ ਨੇ, ਮੇਰੇ ਦੋਸਤ, ਮੇਰੇ ਵੀਰ ਗੁਰੂ ਰੰਧਾਵਾ ਇਸ ਫਿਲਮ ਦੇ ਪ੍ਰੋਡਿਊਸਰ ਨੇ, ਔਰ ਇਹਨੂੰ ਡਾਇਰੈਕਟ ਕੀਤਾ ਹੈ ਮੇਰੇ ਦੋਸਤ ਰਜੀਵ ਟਿੰਗਰਾ ਨੇ, ਤੇ ਤੁਸੀਂ ਸਾਰੇ ਜਾ ਕੇ ਦੇਖੋ, ਤੁਹਾਨੂੰ ਮਜ਼ਾ ਆਏਗਾ। ਆਲ ਦੀ ਬੈਸਟ, ਲਵ ਯੂ ਆਲ। ਦੱਸ ਦੇ ਤੁਹਾਨੂੰ ਕਿ ਤਾਰਾ ਮੀਰਾ ਮੂਵੀ ਚ ਰਣਜੀਤ ਬਾਵਾ ਤੇ ਨਾਜ਼ਿਆ ਹੁਸੈਨ ਦਾ ਸਾਥ ਦੇਣਗੇ ਗੁਰਪ੍ਰੀਤ ਘੁੱਗੀ, ਯੋਗਰਾਜ ਸਿੰਘ, ਸੁਦੇਸ਼ ਲਹਿਰੀ ਅਤੇ ਰਾਜੀਵ ਠਾਕੁਰ ਤੇ ਮੂਵੀ ਕੱਲ ਯਾਨੀ ਕਿ 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੋ ਕਿੰਨੀ ਕੁ ਉਡੀਕ ਹੈ ਤੁਹਾਨੂੰ ਤਾਰਾ ਮੀਰਾ ਮੂਵੀ ਨੂੰ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਚ ਦੇਖਣ ਦੀ? ਕਮੈਂਟ ਕਰਕੇ ਜ਼ਰੂਰ ਦੱਸਿਓ, ਨੀਚੇ ਦਿੱਤੇ ਗਏ ਕਮੈਂਟ ਬਾਕਸ ਚ ਕਮੈਂਟ ਕਰਕੇ ਤੇ ਹੋਰ ਲੇਟੈਸਟ ਅਪਡੇਟ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ।